ਅਸਲਾਮ ਵਾਲੇਕੁਮ ਵਰਹਮਤੁਲਾਹਿ ਵਬਰਕਾਤੁਹੁ। ਕੀ ਹਾਲ ਚਾਲ ਆ ਗਏ ਸਾਡੇ? ਉਮੀਦ ਹੈ ਕਿ ਤੁਸੀਂ ਖੈਰ ਖੇਤ ਰਹੇ ਅਤੇ ਅਸੀਂ ਵੀ ਖੈਰ ਖਰੀਆ ਦੇਣਾ। ਈਦ ਖਤਮ ਹੋਈ ਤਾਂ ਅਸੀਂ ਆਪਣੀ ਅੰਮੀ ਤੋਂ ਗਏ ਸੀ, ਉੱਥੇ ਵਾਪਸ ਆਏ ਹਾਂ ਅਤੇ ਅਸਾਂ ਤਾਂ ਨਹੀਂ ਦੇ ਸਕਦੇ ਹਾਂ। ਮੇਰੇ ਬੇਟੇ ਨੂੰ ਮੋਬਾਇਲ ਨਹੀਂ ਚਾਹੀਦਾ ਅਤੇ ਤਾਂ ਉਹ ਹੋ ਗਿਆ ਖਰਾਬ। ਇਸ ਵਜ੍ਹਾ ਤੋਂ ਸਾਡੀ ਵੀਡੀਓ ਥੋੜ੍ਹਾ ਤਿੰਨ ਦਿਨ ਲੈ ਬੰਦ ਰਹੀ ਆ, ਕਿਉਂਕਿ ਵੀ ਜੁਮਾ ਆ ਗਿਆ, ਕੁਛ ਮੋਬਾਇਲ ਆਉਣ ਦੀ ਵਜ੍ਹਾ ਤੋਂ ਬੰਦ ਹੋਈ। ਤੁਹਾਨੂੰ ਪਤਾ ਈਦ ਗੁਜ਼ਰ ਕੇ ਗਈ ਸੀ, ਬਸ ਮੋਬਾਇਲ ਦੀ ਵਜ੍ਹਾ ਤੋਂ ਅੱਜ ਹੁਣ ਠੀਕ ਕਰਾਇਆ ਵਾ। ਅੱਜ ਮਸਲਾਂ ਦੀ ਵਾਰੀ ਸਾਡੀ ਆਈ ਆ ਵੀਡੀਓ ਬਣਾਉਣ ਦੀ। ਹੋਰ ਤੁਸੀਂ ਦੱਸੋ ਕਿਸ ਤਰ੍ਹਾਂ ਤੁਹਾਡੀ ਵੀ ਚਲਾਈ ਸੀ ਕੁਰਬਾਨੀ ਵਾਲੀ, ਕਿਸ ਤਰ੍ਹਾਂ ਦੀ ਗੁਰੀ ਖੁਸ਼ ਬਾਸ ਹੈ ਤਾਂ ਗਰਮੀ ਦੀ ਗੱਲ ਨਹੀਂ ਈਦ ਸੀ, ਇਹ ਈਦ ਕਾਹਦੀ ਸੀ? ਮਸਲਾਂ ਹੁਣ ਮੈਂ ਲੱਗੀ ਆ ਮਸਲ ਪਕਾਉਣ ਆ ਵਾਲੀ ਕਾਹਦੇ। ਇਹਨਾਂ ਨੂੰ ਮੈਂ ਇੱਧਰ ਦੇਖੋ ਪਾਣੀ 'ਚ ਪਾ ਕੇ ਰੱਖ ਦਿੱਤਾ, ਇਹਨਾਂ 'ਚ ਹੁਣ ਪਾਉਂਗੀ ਪਾਣੀ। ਫਿਰ ਸੀਗੇ ਭੈਣਦੇ ਰੱਖੇ ਸੀ ਸਾਡੇ, ਅੱਜ ਗੈਸ ਦੁਪਹਿਰੇ ਨਾ ਬੰਦ ਹੋਈ ਸੀ, ਆਈ ਨਹੀਂ ਸੀ। ਉਹ ਕੋਈ ਮਸਲਾ ਵਾ ਗੈਸ ਦਾ, ਤੋਰ ਕੇ ਨਾ ਪੈਪ ਰਹਿਣਾ ਕਿੱਥੇ ਹੈ ਨਾ, ਉਹ ਸਹੀ ਕਰਦੇ ਸੀ। ਇਸ ਵਜ੍ਹਾ ਨਾਲ ਸਾਡੇ ਅੱਜ ਸਾਰਾ ਪਹਿਲੇ ਗੈਸ ਨਹੀਂ ਆਈ, ਸਿਲੰਡਰ 'ਤੇ ਕੀਤਾ ਜੋ ਕੀਤਾ। ਮੈਂ ਇੱਧਰ ਰੱਖਿਆ ਵਾ ਟਮਾਟਰ ਅਤੇ ਪਿਆਜ਼ ਸਬਜ਼ ਮਿਰਚਾਂ, ਟਮਾਟਰ ਅਤੇ ਇੱਕ ਪਿਆਜ਼ ਅਤੇ ਚਾਰ ਸਬਜ਼ ਮਿਰਚਾਂ ਸੀ, ਮੈਂ ਕੱਟ ਦਿੰਦਾ ਇਹਦੇ ਵਿੱਚ ਪਾ ਦਿੰਦਾ। ਅਤੇ ਹੁਣ ਮੈਂ ਲੱਗੀ ਹੋਈ ਹਾਂ ਮੈਂ ਦੇਖੋ ਇੱਕ ਚਮਚ ਮੇਰੇ ਕੋਲ ਨਮਕ ਦਾ ਵਾ, ਅੱਧਾ ਚਮਚ ਹਲਦੀ ਦਾ ਅਤੇ ਅੱਧਾ ਸੁਰਖ ਮਿਰਚ ਦਾ, ਅਤੇ ਅੱਧਾ ਹੈਗਾ ਜਿਹੜਾ ਮਿਰਚ ਕਿ ਮੋਟੀ ਵਾਲੀ ਪੀਸੀ ਹੋਈ ਸੀ ਮਿਰਚ, ਇਹ ਹੁਣ ਮੈਂ ਇਹਦੇ ਵਿੱਚ ਪਾਉਂਗੀ। ਬਾਕੀ ਮਸਾਲੇ ਮਸੂਲੇ ਕਿਹੜੇ ਹੈਗੇ ਆ ਬਾਅਦ 'ਚ ਕੰਮ ਕਰਕੇ ਫੇਰ ਤਾਂ ਬਾਅਦ ਉਹ ਤੋਂ ਪੱਕ ਜਾਣਗੇ, ਕਿਉਂਕਿ ਅੱਜ ਜ਼ਰਾ ਅਗਲੇ ਟਾਈਮ ਨਾ ਗੈਸ ਆ ਗਈ 6:15, ਜੇ ਨਹੀਂ ਤਾਂ 6:30 ਆਉਂਦੀ ਆ ਜਾ ਕੇ। ਹੁਣ ਹੋ ਗਿਆ ਪ੍ਰੈਸ਼ਰ ਕੁੱਕਰ,
ਤਾਂ ਹੁਣ ਮੈਂ ਕਰ ਰਹੀ ਹਾਂ ਸੁੱਕਾ ਧਨੀਆ ਅਤੇ ਮਸਾਲਾ ਕਰਕੇ ਗੁਜ਼ਰ ਪਿਆ। ਦਿੰਦੇ ਦਿੰਦੇ ਜੀ ਰੋਟੀ ਪਕਾ ਕੇ ਦਿੰਦੇ, ਹੁਣ ਭੁੱਖ ਲੱਗੀ ਜੀ ਸਾਨੂੰ ਅਤੇ ਹੁਣ ਅਸੀਂ ਦੁਪਹਿਰੇ ਨਹੀਂ ਖਾਧੀ ਰੋਟੀ ਜਿਹੜੀ ਪਈ ਸੀ ਥੋੜ੍ਹੀ ਜਿਹੀ ਉਸ ਨੂੰ ਖਿਲਾਫ ਦੂਰ ਦੇ ਵੀ ਇੱਥੇ ਸਾਡੇ ਹੈ ਤਾਂ ਕੋਈ ਦੂਰ ਦੀ ਅਤੇ ਉੱਥੇ ਰਸ਼ ਬਹੁਤ ਸੀ, ਇੰਨੀ ਦੇਰ ਕੌਣ ਖੜਾ ਹੋ ਕੇ ਤੁਸੀਂ ਜਵਾਬ ਲਿਆ ਕੇ ਦਿੰਦਾ ਰੋਟੀ ਅਸੀਂ ਜਲਦੀ ਜਲਦੀ ਰੋਟੀ ਖਾ ਲਈਏ ਅਤੇ ਫਿਰ ਬਾਅਦ 'ਚ ਮੁਲਾਕਾਤ ਕਰਦੇ ਹਾਂ ਰੋਟੀ ਖਾਣ ਤੋਂ ਤਹਿਸੀਲ ਦੇ ਨਾਲ ਫਿਰ ਦੱਸਦੇ ਹਾਂ। ਜੀ ਇਜਾਜ਼ਤ ਦੀਜੀਏ, ਅੱਲਾ ਹਾਫਿਜ਼, ਓਕੇ ਬਾਏ ਬਾਏ।